ਸਤ ਸ੍ਰੀ ਅਕਾਲ ਰਾਮ ਰਾਮ ਤੇ ਅਸਲਾਮ ਵਾਲੇਕੁਮ ਕਿੱਦਾਂ ਮੇਰੇ ਦੋਸਤੋ ਉਮੀਦ ਕਰਦਾ ਹਾਂ ਕਿ ਸਾਰੇ ਜਣੇ ਵਧੀਆ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਣੀ ਆਪਣੀ ਫੈਮਲੀ ਨੂੰ ਜਿੱਦਾਂ ਕਿ ਮੈਂ ਕਹਿਣਾ ਹਾਂ ਨਾ ਸਪੋਰਟ ਕਰ ਰਹੇ ਹੋਗੇ ਜਾਂ ਫਿਊਚਰ ਦੇ ਵੇਅ ਤਿਆਰੀ ਕਰ ਰਹੇ ਹੋਗੇ ਹਾਂ ਬਈ ਕਿ ਕਿੱਦਾਂ ਜ਼ਿੰਦਗੀ ਜੱਗੇ ਵਧੀਆ ਜਾ ਸਕਦਾ ਤੇ ਅੱਜ ਬਹੁਤ ਸਾਰੇ ਮਲਟੀਪਲ ਆਪਸ਼ਨਾਂ ਦੇ ਉੱਪਰ ਆਪਾਂ ਗੱਲਬਾਤ ਕਰਾਂਗੇ ਕਾਫੀ ਦਿਨਾਂ ਤੋਂ ਵੀਡੀਓ ਬਲੌਗ ਨਹੀਂ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਆ ਸਕੀ ਉਹਦੇ ਲਈ ਮਾਫੀ ਚਾਹੁੰਦੇ ਆ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੇ ਦੇ ਨਾਲ ਕਿ ਮੈਂ ਜਲਦੀ ਜੋ ਜਲਦੀ ਬਲੌਗ ਆਪਣਾ ਇਨਫੋਰਮੇਸ਼ਨ ਗੇਨ ਕਰਕੇ ਯੋਰਪ اور ورلڈ ਦੇ ਜਿੱਦਾਂ ਜਿੱਦਾਂ ਨੈਟਵਰਕ ਆਪਣੇ ਹੈਗੇ ਜਿਹਦੇ ਪਰਪਸ ਨਾਲ ਮੈਂ ਵੀਡੀਓ ਬਣਾਉਣਾ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਆ ਬਹੁਤ ਚੰਗਾ ਲੱਗਦਾ ਜਦੋਂ ਤੁਸੀਂ ਕਮੈਂਟ ਕਰਦੇ ਆ ਜਾਂ ਆਹ ਕਾਲ ਕਰਦੇ ਆ ਤੇ ਹੌਸਲਾ ਮਿਲਦਾ ਉਹਦੇ ਨਾਲ ਤੇ ਮੇਰੀ ਵੀਡੀਓ ਨੂੰ ਸਕਿਪ ਨਹੀਂ ਕਰਨਾ ਕਿਉਂਕਿ ਅਲਗ-ਅਲਗ ਟੌਪਿਕ ਦੇ ਉੱਪਰ ਗੱਲ ਕੀਤੀ ਜਾਊਗੀ ਕਿ ਜਿਹਦੇ ਨਾਲ ਸਾਰਿਆਂ ਨੂੰ ਕੁਝ ਨਾ ਕੁਝ ਇਨਫੋਰਮੇਸ਼ਨ ਮਿਲੇ ਜਿਹਦੀ ਇਹਦੀ ਜ਼ਰੂਰਤ ਦੀ ਹੈਗੀ ਆ ਨੰਬਰ 1 ਤੋਂ ਤਾਂ ਆਪਾਂ ਇਹ ਸ਼ੁਰੂ ਕਰਾਂਗੇ ਕਿ ਆ ਵੀ ਪੁਰਤੂਗਾਲ ਦੀ ਕੰਡੀਸ਼ਨ ਇੱਥੇ ਆਪਾਂ ਹੈਗੇ ਆ ਪੁਰਤੂਗਾਲ ਦੇ ਵਿੱਚ ਆਈਮਾ ਦੇ ਜਿਹੜਾ ਸਟਰਕਚਰ ਨਵਾਂ ਲਿਆਂਦਾ ਗਿਆ ਆ ਆਨਲਾਈਨ ਅਪਡੇਟ ਇਹ ਉਹ ਨਾ ਆਨਲਾਈਨ ਯਾਨੀ ਕਿ ਅਪਡੇਟ ਕਰਨੇ ਪੈਂਦੇ ਆ ਸਾਰੇ ਆਪਣੇ ਡਾਕੂਮੈਂਟ ਅਪਲੋਡ ਕਰੋਗੇ ਇਕਲੇ ਇਕਲੇ ਕਰਕੇ ਉਹਦੇ ਵਿੱਚ ਜਿਹੜਾ ਇੱਕ ਨਵਾਂ ਪੰਗਾ ਜੀ ਲੀਗਲ ਐਂਟਰੀ ਜਿਹਦੇ ਬਾਰੇ ਮੈਂ ਪਹਿਲੇ ਵੀ ਆਪਣੇ ਬਲੌਗ ਚ ਦੱਸ ਚੁੱਕਿਆ ਹਾਂ ਲੀਗਲ ਐਂਟਰੀ ਦਾ ਮੇਰੇ ਯਾਰ ਦੋਸਤ ਜਿਹੜੀ ਮੇਰੇ հետ ਹੱਡਬੀਤੀ ਹੁੰਦੀ ਹੈ ਜਿਹੜੀ ਮੇਰੇ ਉੱਪਰ ਹੋਈ ਹੁੰਦੀ ਹੈ ਜਾਂ ਮੇਰੇ ਫਰੈਂਡ ਸਰਕਲ ਦੇ ਵਿੱਚ ਹੋਈ ਹੁੰਦੀ ਆ ਉਹਦੇ ਬਾਰੇ ਆਪਾਂ ਡਿਸਕਸ ਕਰਦੇ ਹੁੰਨੇ ਆ ਹਵਾ-ਹਵਾਈ ਗੱਲਾਂ ਚ ਨਹੀਂ ਬਾਕੀ ਜਿਹੜੇ ਮੇਰੇ ਯਾਰ ਸੱਜਣ ਤੁਸੀਂ ਦੇਖ ਰਹੇ ਹੋ ਸਾਰੇ ਅਗਰ ਕਿਸੇ ਨਾਲ ਕੋਈ ਇਦਾਂ ਦਾ ਹੈਪਨਡ ਹੋਇਆ ਹੋਵੇ ਉਹ ਦੱਸ ਸਕਦਾ ਮੈਨੂੰ ਉਹਦੇ ਅਕੋਰਡਿੰਗ ਵੀ ਆਪਾਂ ਟੌਪਿਕ ਨੂੰ ਲਾਵਾਂਗੇ ਨੰਬਰ 1 ਤੇ ਜਿਹੜਾ ਉਹ ਟੌਪਿਕ ਹੈ ਜੀ ਕਿ ਇਲੀਗਲ ਐਂਟਰੀ ਕਿ ਇਲੀਗਲ ਐਂਟਰੀ ਲੋਕੀ ਕੀ ਕਰਦੇ ਆ ਜੀ ਹੋਟਲ ਦਾ ਬਣਾ ਲਓ ਇਹਦਾ ਬਣਾ ਲਓ ਉਹਦਾ ਬਣਾ ਲਓ ਹਨਾ ਤੁਹਾਡੀ ਅਗ ਡਾਕੂਮੈਂਟਾਂ ਦੇ ਨਾਲ ਮੈਚ ਨਹੀਂ ਨਾ ਕਰਦਾ ਤੋ ਜ਼ੀਰੋ ਆ ਸੱਚ ਬੋਲੋ ਥੋੜਾ ਬੋਲੋ ਪਾਰ ਲੰਘ ਜੂंगे ਠੀਕ ਹੈ ਜੀ ਮੈਂ ਆਪਣੀ ਲੀਗਲ ਐਂਟਰੀ ਅੱਜ ਹੀ ਵਕੀਲ ਤੋਂ ਅਰਬੁਗ ਅਰਬੁਗ ਦਾਦਾ ਕਹਿੰਦੇ ਆ ਇਥੇ ਪਤਗਾਲ ਦੇ ਵਿੱਚ ਐਡਵੋਕੇਟ ਹੁੰਦਾ ਉਦਾਂ ਇਹ ਅਰਗਵਾਦਾ ਕਹਿੰਦੇ ਆ ਇਦਾਂ ਕੁਝ ਕਹਿੰਦੇ ਆ ਉਹਦੇ ਕੋਲ ਬਣਵਾਈ ਆ ਉਹਨੇ ਪੂਰੀ ਡਿਟੇਲ ਚਾਰ ਪੰਨਿਆਂ ਦੀ ਬਣਾ ਕੇ ਦਿੱਤੀ 100% ਕੁਆਲਿਟੀ ਦੇ ਨਾਲ ਆਪਣੀ ਸਟੈਂਪ ਮੋਹਰ ਕੱਲੇ ਕੱਲੇ ਪੇਪਰ ਦੇ ਉੱਤੇ ਸਾਈਨ ਇਹ ਵੋ ਕਰਕੇ ਆਪਣਾ ਜਾਨੀ ਕਿ ਅਥਾਰਟੀ ਦੇ ਦਿੱਤੀ ਆ ਕਿ ਹਾਂ ਵੀ ਇਹ ਬੰਦਾ ਵਾਕਈ ਇੱਥੇ ਰਹਿੰਦਾ ਆ ਸਾਡੀ ਕੰਟਰੀ ਦੇ ਵਿੱਚ ਕੰਮ ਕਰਦਾ ਏ ਜਦੋਂ ਆਇਆ ਸੀ ਇਹਨੂੰ ਇਹਨਾਂ ਚੀਜ਼ਾਂ ਦੀ ਇਨਫੋਰਮੇਸ਼ਨ ਨਹੀਂ ਸੀ ਉਹਨਾਂ ਨੇ ਇਹ ਚੀਜ਼ ਜ਼ਰੂਰ ਨਾਲ ਪਲੱਸ ਕੀਤੀ ਹੈ ਜਿਹਦੇ ਕਰਕੇ ਮੈਂ ਦੁਬਾਰਾ ਤੁਹਾਨੂੰ ਰਿਪੀਟ ਕਰਨ ਆਇਆ ਕਿਉਂਕਿ ਇਹ ਚੀਜ਼ਾਂ ਮੈਂ ਪਹਿਲੇ ਵੀ ਦੱਸ ਚੁੱਕਿਆ ਉਹਨੇ ਵਿੱਚ ਇੱਕ ਚੀਜ਼ ਜ਼ਰੂਰ ਐਡ ਕੀਤੀ ਹੈ ਕਿਉਂਕਿ ਮੈਂ ਬਹੁਤ ਸਾਰੇ ਲਾਇਰ ਨਾਲ ਗੱਲਬਾਤ ਕਰ ਰਿਹਾ ਸੀ ਐਡਵੋਕੇਟਾਂ ਦੇ ਨਾਲ ਕਿ ਲੀਗਲ ਐਂਟਰੀ ਅੱਧਿਆਂ ਨੂੰ ਤਾਂ ਪਤਾ ਹੀ ਨਹੀਂ ਕਿ ਚਾਹੁੰਨੇ ਕੀ ਆ ਆਪਾਂ ਲੋਕ ਇਮੀਗ੍ਰੈਂਟ ਵਾਲੇ ਆਪਾਂ ਚਾਹੁੰਨੇ ਕੀ ਆ ਕਿਹੜਾ ਕਿਹੜੀ ਲੀਗਲ ਐਂਟਰੀ ਯਾਰ ਕਿਉਂ ਉਹਨਾਂ ਨੇ ਇਹ ਚੀਜ਼ਾਂ ਦਾ ਮਤਲਬ ਹੀ ਨਹੀਂ ਸਾਡੇ ਟੀਆਰਸੀ ਗਾਰਡਾਂ ਨਾਲ ਕੋਈ ਲੈਣਾ ਦੇਣਾ ਨਹੀਂ ਉਹਨਾਂ ਨੂੰ ਤੇ ਉਹਦੇ ਅਕੋਰਡਿੰਗ ਉਹ ਜਿਹੜੇ ਸੀਗੀ ਨਾ ਲੇਡੀਜ਼ ਸੀਗੀ ਐਡਵੋਕੇਟ ਉਹਨੇ ਇਹ ਗੱਲ ਕਿਹੀ ਕਿ ਹਾਂ ਵੀ ਤੂੰ ਕਿੱਦਾਂ ਆਇਆ ਸਾਰੀ ਆਪਣੀ ਗੱਲਬਾਤੱਸ ਕਿ ਤੂੰ ਕੀ ਇੱਥੇ ਕਿਹੜੇ ਹਿਸਾਬ ਦੇ ਨਾਲ ਕਿਹੜੇ ਤਰੀਕੇ ਨਾਲ ਪਹੁੰਚਿਆ ਸੀ ਫਿਰ ਮੈਂ ਉਹਨਾਂ ਨੂੰ ਸਾਰੀ ਗੱਲ ਦੱਸੀ ਐਕਚੁਅਲੀ ਅਜ ਖੋਲ ਕੇ ਦੱਸੀ ਫਿਰ ਉਹਨੇ ਸ਼ਾਰਟਕਾਟ ਬਾਕੀ ਸਾਰਾ ਕੱਟ ਕੇ ਪੁੱਛੋ ਜੋ ਵੀ ਆਪਣਾ ਸਾਰੀ ਬਿਆਤੋ ਬਸਨੀਆ ਬਸਨੀਆ ਜਿਹੇ ਜਿੰਨੇ ਵੀ ਰੂਟਸ ਰੋਡ ਰਾਟ ਸੀਗੇ ਨਾ ਉਸ ਜਮੇ ਦੀ ਉਹ ਸਾਰੇ ਉਹਨੇ ਕੱਢ ਦਿੱਤੇ ਫਰਾਂਸ ਫਰਾਂਸ ਵਾਲੇ ਇਟਾਲੀ ਵਾਲੇ ਵੀ ਕੱਢ ਦਿੱਤੇ ਅਖੀਰ ਉਹਨੇ ਮੈਡਰਿਡ ਟੂ ਲਿਸਬਨ ਦਾ ਆਪਣਾ ਜਿਹੜਾ ਰੂਟ ਸੀ ਉਹ ਪਾਤਾ ਕਿੰਨੇ ਘੰਟੇ ਦੀ ਟ੍ਰੈਵਲਿੰਗ ਸੀਗੀ ਤੋਂ ਕਿੱਥੇ ਰੁਕਿਆ ਉਸ ਤੋਂ ਬਾਅਦ ਲਿਸਬਨ ਦੇ ਵਿੱਚ ਕਿੱਥੇ ਸੀ ਅੱਗੇ ਕਿੱਦਾਂ ਕਿੱਦਾਂ ਕਿਹੜੀ ਜਗ੍ਹਾ ਤੇ ਪਹੁੰਚੇ ਤੇ ਕਦੋਂ ਜਾ ਕੇ ਆਪਣੇ ਫਾਈਲ ਲੋਕ ਕੀਤੀ ਇਹ ਜੇ ਜਰਨੀ ਹੈ ਜ਼ਰੂਰ ਹੀ ਲਿਖਾਉਣੀ ਪੈਂਦੀ ਆ ਜੇ ਤੁਸੀਂ ਨਹੀਂ ਲਿਖਾਉਂਦੇ ਟਾਈਮ ਵੀ ਜ਼ਰੂਰੀ ਮਸਟ ਹੈਗਾ ਟਾਈਮ ਤੁਸੀਂ ਕਿਹੜੇ ਟਾਈਮ ਤੇ ਐਂਟਰ ਕੀਤਾ ਕਿਉਂਕਿ ਹਰੇ ਕੰਟਰੀ ਦੀ ਫੋਰਸ ਹਰੇ ਕੰਟਰੀ ਦਾ ਟਾਈਮਿੰਗ ਹੁੰਦਾ ਆ ਠੀਕ ਆ ਜੀ ਉਹ ਬਾਰਡਰ ਤੇ ਹੁੰਦੇ ਹੀ ਸਿਕਿਉਰਿਟੀ ਵਾਲਾ ਸਿਸਟਮ ਹੀ ਹੁੰਦਾ ਆ ਉਹਨਾਂ ਨੂੰ ਨਾਈਟ ਦਾ ਟਾਈਮ ਦੱਸਣਾ ਹੈ ਜ਼ਿਆਦਾਤਰ ਜਿਹੜਾ ਆਪਾਂ ਜਿਹੜੇ ਆਪਾਂ ਲੋਕ ਆਉਂਦੇ ਆਂ ਗੰਦਾ ਕੋਠੇ ਵਾਲੇ ਨਾਈਟ ਵਿੱਚ ਹੀ ਆਪਣੀਆਂ ਐਂਟਰੀਆਂ ਹੁੰਦੀਆਂ ਹੋਈਆਂ ਹੋਈਆਂ ਅੱਜ ਕੱਲ੍ਹ ਨਹੀਂ ਪਹਿਲੇ ਦੇ ਟਾਈਮ 'ਚ ਵੀ ਰਾਤ ਭਰ ਦਹੀ ਆਪਾਂ ਆਏ ਆ ਜਾਂ ਦਿਨ ਚੜ੍ਹਦੇ ਸਵੇਰੇ ਸਵੇਰੇ ਅਰਲੀ ਮਾਰਨਿੰਗ ਪਹੁੰਚ ਜਾਂਦੇ ਸੀ 2:30 ਦਾ ਟਾਈਮ ਲਿਖਾ ਦਿਓ ਕਿ ਅਗਲੇ ਪੰਜਾਬੀ ਪਿਆਰ ਆਵੇ ਕਿ ਹਾਂ ਵੀ ਪਤਨੀ ਕਿਹੜੇ ਟਾਈਮ 'ਚ ਆ ਗਿਆ ਠੀਕ ਹੈ ਜੀ ਤੇ ਇਹਦੇ ਨਾਲ ਕੀ ਹੈ ਕਿ ਤੁਹਾਡੀ ਅਥਾਰਟੀ ਹੋ ਜਾਂਦੀ ਹਾਂ ਵੀ ਤੁਹਾਨੂੰ ਲੀਗਲਾਈਜ਼ ਹੋ ਗਏ ਆ ਤੁਸੀਂ ਇੱਕ ਅਥੋਰਾਈਜ਼ਡ ਪਰਸਨ ਨੇ ਤੁਹਾਨੂੰ ਲਿਖ ਕੇ ਦਿੱਤਾ ਸਰਟੀਫਿਕੇਟ ਦਿੱਤਾ ਉੱਤੇ ਸਟੈਂਪ ਮਾਰਤੀ ਆ ਸਾਰਾ ਕੁਝ ਹੈਗਾ ਮੇਰੇ ਕੋਲ ਅੱਜ ਦੀ ਡੇਢ ਵਿੱਚ ਭਵੇਂ ਅੱਜ ਮੈਂ ਕੱਲ ਸੱਦ ਲਵਾਂ ਕੱਲ ਵੀ ਫਿੰਗਰ ਦਵਾਂਗੇ ਨੰਬਰ 2 ਤੇ ਜਿੱਦਾਂ ਆਪਾਂ ਐਮਬੈਸੀ ਦੇ ਮੋਰੇ ਚਲੇ ਜਾਂਦੇ ਸੀ ਇੰਡੀਆ ਐਮਬੈਸੀ ਦੇ ਮੋਰੇ ਪਾਕਿਸਤਾਨ ਬੰਗਲਾਦੇ ਜਿਹੜੀ ਮਰਜੀ ਐਮੈਸੀ ਸੀਗੀ ਉਹਦੇ ਮੋਰੇ ਵੀ ਜਿੱਦਾਂ ਰੌਣਕਾਂ ਮੇਲੇ ਲੱਗਦੇ ਸੀਗੇ ਮੈਂ ਖੋਦ ਜਾ ਕੇ ਵਿਜ਼ਿਟ ਕੀਤਾ ਆ ਜਿਹੜਾ ਗਾਂਧੀ ਮੈਦਾਨ ਜਾਨੀ ਕਿ ਜਿੱਥੇ ਉਹ ਬਾਇਓਮੈਟਰੀ ਵਗੈਰਾ ਕਰਦੇ ਆ ਸਿਕਿਉਰਟੀ ਬੜੀ ਟਾਈਟ ਆ ਗਰਾਊਂਡ ਬੜੀ ਖੁੱਲਾ ਮਾਹੌਲ ਆ ਤੁਹਾਨੂੰ ਫੀਲ ਹੀ ਨਹੀਂ ਹੋਊਗਾ ਕਿ ਤੁਸੀਂ ਇੰਡੀਆ ਚ ਆ ਪਾਕਿਸਤਾਨ ਚ ਆ ਜਾਂ ਕਿਸੇ ਹੋਰ ਬੰਗਲਾਦੇਸ਼ ਵਗੈਰਾ ਕੰਟਰੀਆਂ ਦੇ ਵਿੱਚ ਆ ਭਾਜੀ ਚਾਹ ਚਾਹ ਪਕੌੜੇ ਤੇ ਕੌਫੀ ਆਮ ਹੀ ਚੱਲਦੀ ਆ ਇੱਦਾਂ ਲੱਗਦਾ ਕਿ ਤੁਸੀਂ ਕਿਸੇ ਇੱਕ ਮੇਲੇ 'ਚ ਆਏ ਹੋਏ ਆ ਜਿੱਥੇ ਚਾਹ ਚਾਹ ਤੇ ਜਾਂ ਰੇਲਵੇ ਸਟੇਸ਼ਨ ਮੰਨ ਲਓ ਕਿਸੇ ਵੀ ਇੰਡੀਆ ਦਾ ਜਾਂ ਪਾਕਿਸਤਾਨ ਦਾ ਉੱਥੇ ਐਨ ਬਾਜਾ ਮਾਰ ਮਾਰ ਕੇ ਚਾਹ ਪਰੌਂਢੇ ਖਲਾਈ ਤੇ ਪਲਾਏ ਜਾਂਦੇ ਆ ਇਹ ਚਾ ਕੋ ਲੰਗਰ ਨਹੀਂ ਹੈਗਾ ਪੈਸੇ ਲਿੰਦੇ ਆ ਅਗਲੇ ਮੇਰੀ ਸ਼ਾਇਦ ਵੀਡੀਓ ਨੂੰ ਦੇਖਣ ਕੋਈ ਖੁਸ਼ ਭਰਾਵਾਂ ਨੇ ਉੱਥੇ ਵੀ ਸਬਸਕ੍ਰਾਈਬ ਕੀਤਾ ਹੋਇਆ ਚੈਨਲ ਤੇ ਮੇਲਾ ਲੱਗਿਆ ਹੋਇਆ ਆ ਕੋਈ ਚੱਕਰ ਨਹੀਂ ਤੇ ਉਹ ਦਵਾ-ਦਾਵ ਆਈਮਾਨਾ ਜਿਹੜਾ ਇਹ ਗਦਮ ਆ ਬਹੁਤ ਹੀ ਬਿਹਤਰੀਨ ਗੱਲਬਾਤ ਆ ਇਹਦੇ ਵਿੱਚ ਫਟਾਫਟ ਬਾਇਓਮੈਟ੍ਰਿਕ ਹੋ ਰਹੀਆਂ ਬਸ ਇਨਾ ਹੈ ਕਿ ਆਪਣੇ ਡਾਕੂਮੈਂਟ ਪੂਰੇ ਰੱਖੋ ਜੇ ਦੇ ਨਾਲ ਤੁਹਾਨੂੰ ਫਾਇਦਾ ਮਿਲਦਾ ਹੁਣ ਗੱਲ ਕਰਦੇ ਆ ਜੀ ਲੋਕੀ ਕਹਿੰਦੇ ਆ ਜੀ ਕੁਝ ਇਮੀਗ੍ਰੈਂਟਾਂ ਦੇ ਖਾਲਾ ਆਫਤਰਨੇ ਬਾਜੀਆਂ ਹੋ ਰਹੀਆਂ ਗੱਲਾਂ ਚੱਲਦੀਆਂ ਸੀ ਯਾਰਾ ਦੋਸਤਾਂ ਦੇ ਵਿੱਚ ਇਹ ਸ਼ੁਰੂ ਤੇ ਚੱਲਦੀਆਂ ਆਉਂਦੀਆਂ ਹੁੰਦੀਆਂ ਕੋਈ ਕਹਿੰਦੇ ਨਹੀਂ ਪੰਜਾਬੀ ਦੇ ਵਿੱਚ ਕਹਿੰਦੇ ਜੀ ਹਾਥੀ ਨਾਗ ਰਿਆ ਤੇ ਕੁੱਤੇ ਭੌਂਕੀ ਜਾ ਰਹੇ ਆ ਬਹੁਤਾ ਧਿਆਨ ਨਹੀਂ ਦੇਣਾ ਇਹ ਸਾਰੀਆਂ ਚੀਜ਼ਾਂ ਨਾਰਮਲ ਆ ਧਰਨੀ ਜਲਸੇ ਜਲੂਸ ਇਹ ਸਭ ਡਰਾਮੇ ਵਾਰੀਆਂ ਆ ਕੋਈ ਚੱਕਰ ਨਹੀਂ ਹੈਗਾ ਦੇਖੋ ਹੁਣ ਪੇਪਰ ਬੰਦ ਕੀਤੇ ਹੋਏ ਆ ਬੰਦ ਕਰਨ ਤੋਂ ਬਾਅਦ ਇਸ ਟਾਈਮ ਸਰਨਾਟਾਸ਼ ਆ ਗਿਆ ਪੂਰੇ ਪੁਰਤਗਾਲ ਦੇ ਅੰਦਰ ਕੋਈ ਆ ਨਹੀਂ ਰਿਹਾ ਇਕਨੋਮੀ ਥੋੜੀ ਜਿਹੀ ਅਪ ਟੂ ਡਾਊਨ ਚੱਲਣ ਦੀ ਹੈ ਕਿੰਨਾ ਵਿੱਚ ਸਰਵਾਈਵਰ ਸੀਜ਼ਨ ਆਫ ਚੱਲਣ ਡਿਆ ਅੱਜ ਨਹੀਂ ਕੱਲ ਨਹੀਂ ਖੋਲਣਾ ਹੀ ਪੈਣਾ ਆ ਆਉਂਦੇ 2-4 ਸਾਲ ਨੂੰ ਖੋਲ ਦੇਣਗੇ ਆ ਖੋਲਣਾ ਹੀ ਪੈਣਾ ਇੱਕ ਨੱਕ ਦਿਨ ਠੀਕ ਆ ਜੀ ਤੇ ਜਿਹੜੇ ਭਰਾ ਮੇਰੇ ਆ ਤਾਜ਼ੇ ਰਿਸਰਟ ਆਏ ਹੋਏ ਆ ਜਿਨ੍ਹਾਂ ਨੇ ਕੋਲ ਮੰਨ ਲਓ ਕਿ ਸਟੱਡੀ ਹਜੇ ਪਲੱਸ 2 ਵਗੈਰਾ ਕੀਤੀ ਆ ਜਾਂ ਕੁਝ ਵੀ ਇੱਕ ਟਰਾਈ ਆ ਵੈਸੇ ਤੁਸੀਂ ਤਰਾਈ ਯੂਨੀਵਰਸਿਟੀ ਚ ਦਾਖਲਾ ਲਓ ਇਹ ਵੀ ਇੱਕ ਇੱਕ ਸ਼ਾਰਟਕਟ ਵੇ ਹੈਗਾ ਮੇਰਾ ਮੇਰਾ ਜਿੱਥੇ ਤੱਕ ਮੰਨਣਾ ਆ ਮੇਰਾ ਨਜ਼ਰੀਆ ਆ ਕਿਉਂਕਿ ਇਸ ਵੀਡੀਓ ਤੋਂ ਮੇਰਾ ਇੱਕ ਦੋਸਤ ਮਾਈਗ੍ਰੇਟ ਹੋ ਕੇ ਇੱਧਰ ਨੂੰ ਆ ਰਿਹਾ ਆ ਪੁਰਟੂਗਲ ਦੇ ਵਿੱਚ ਕਿਉਂਕਿ ਉੱਥੇ ਉਹਦਾ ਟੀਆਰਸੀ ਕਾਰਡ ਸੀ 1 ਸਾਲ ਦਾ ਉਹ ਹੁਣ ਖਤਮ ਹੋ ਰਿਹਾ ਤੇ ਉਹਨੇ ਉੱਥੇ ਕਾਲਜ ਤੋਂ ਲਖਵਾ ਕੇ ਇੱਥੇ ਪੁਰਾਣੇ ਦੇ ਵਿੱਚ ਮੂਵ ਹੋ ਜਣਾ ਨਾਲੇ ਫੀਸ ਘੱਟ ਨਾਲੇ ਟੀਆਰਸੀ 3 ਮਹੀਨਿਆਂ ਦੇ ਵਿੱਚ ਮੇਰਾ ਦਿਮਾਗ ਹੀ ਕੰਮ ਕਰਦਾ ਕਿ ਅਗਰ ਜਿਹੜੇ ਲੋਕ ਇੱਥੇ ਜਿਨ੍ਹਾਂ ਦੇ ਫਾਈਲ ਲੋਕ ਨਹੀਂ ਹੈਗੀ ਅਗਰ ਉਹ ਇਹ ਵੇ ਕਰ ਲੈਣ 11200 ਯੂਰੋ ਹੀ ਆ ਅਗਰ ਐਡਮਿਸ਼ਨ ਲੈਣ ਚ ਕਾਮਯਾਬ ਹੋ ਜਨ ਕਿਸੇ ਤਰੀਕੇ ਨਾਲ ਕੋਈ ਵੀ ਕੋਰਸ ਲੈ ਲਓ ਮਾਸਟਰ ਡਿਗਰੀ ਲੈ ਲਓ ਕੁਝ ਵੀ ਕਰ ਲਓ ਨਾ ਅਗਰ ਮਾਸਟਰ ਕਰਨੀ ਤਾਂ ਕਰਕੇ ਦਾ ਕਰਨੀ ਚਾਹੀਏ ਨਹੀਂ ਕਰਨੀ 3 ਮਹੀਨੇ ਟੀਆਰਸੀ ਨਾ ਮਿਲਦੀ ਆ ਪਾਣੂ ਆਪਾਂ ਨੂੰ ਵੈਰੀਫਾਈਟ ਇਸ ਚੀਜ਼ ਆ ਇਹ ਵੀ ਤੁਸੀਂ ਟਰਾਈ ਕਰ ਸਕਦੇ ਆ ਬਾਕੀ ਮੇਰੇ ਵੀਰ ਜਿਹੜੇ ਹੁਣ ਠੰਡ ਬਹੁਤ ਵੱਧ ਗਈ ਆ ਤਕਰੀਬਨ ਅਕਤੂਬਰ ਚੱਲ ਪਿਆ ਨਵੰਬਰ ਦਸੰਬਰ ਜਨਵਰੀ ਫਰਵਰੀ ਇਵਨ ਮਾਰਚ ਦੇ ਕੋਈ ਮਹੀਨਿਆਂ ਤੱਕ ਭਾਈਆ ਡੋਂਕੀ ਨਾਂਕੀ ਵਾਲਾ ਜਿਹੜਾ ਖਿਆਲ ਆ ਨਾ ਗੰਦਾ ਕੋਠੇ ਵਾਲਾ ਬੰਦ ਕਰ ਦਿਓ ਰਸ਼ੀਆ ਤੋਂ ਬੈਲਾਰੂਸ ਤੋਂ ਜਿਹੜੇ ਫੋਨ ਫਾਨ ਕਰਦੇ ਆ ਕੋਈ ਫਾਇਦਾ ਨਹੀਂ ਭਾਜੀ ਘੁੰਮਣ ਫਿਰਨਾ ਆਏ ਆ ਘੁੰਮੋ ਫਿਰੋਰ ਵਾਪਸ ਨੂੰ ਚਲੇ ਜਾਓ ਜਾਂ ਉਥੇ ਵੇਟ ਕਰੋ ਠੀਕ ਆ ਜੀ ਕਿਉਂਕਿ ਇਹ ਤੁਹਾਨੂੰ ਪਤਾ ਇਹ ਤਾਂ ਦੂਜਾ ਏਰੀਆ ਤਾਂ ਉਧਰ ਤਾਂ ਲੱਖ ਲੱਖ ਬਰਫ ਜੰਮ ਜਾਂਦੀ ਆ ਤੇ ਉਧਰੋਂ ਫੋਨ ਕਰਕੇ ਅੱਗੇ ਆਉਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਐਵੇਂ ਆਪਣੀ ਜਾਨ ਮਾਲ ਦਾ ਨੁਕਸਾਨ ਨਾ ਕਰ ਲਿਓ ਔਖਾ ਆ ਤੇ ਜਿਹੜੇ ਮੁੰਡੇ ਕਹਿੰਦੇ ਆ ਜੀ ਬੈਲਾਰੂਸ ਹੋ ਕੇ ਦਾ ਅੱਜ ਕੱਲ੍ਹ ਅਸੀਂ ਯੂਕਰੇਨ ਦੇ ਵੱਲ ਨੂੰ ਟਰਾਈ ਮਾਰ ਸਕਦੇ ਕੀ ਉਹ ਤੋਂ ਅੱਗੇ ਫੇਰ ਉਹੀ ਪੋਲੈਂਡ ਵਾਲਾ ਲਫੜਾਵਾ ਜੀ ਹੁਣ ਉਹ ਮਾਹੌਲ ਨਹੀਂ ਰਹਿ ਗਿਆ ਜਿਹੜਾ ਉਦੋਂ ਸੀ ਜਦੋਂ ਜੰਗ ਦਾ ਪੂਰਾ ਐ ਤਪਿਆ ਹੋਇਆ ਮਾਹੌਲ ਸੀ ਨੰਗ ਨੂਗਾਈ ਦੁਨੀਆ ਠੀਕ ਆ ਭੀੜ ਦੇ ਵਿੱਚ ਸਭ ਨੰਗ ਜਾਂਦੇ ਆ ਪਰ ਜੇ ਕੋ ਕੱਲੇ ਕਲੇ ਜਾਣਾ ਬਿਲਕੁਲ ਪੀਸ ਮਾਹੌਲ ਦੇ ਵਿੱਚ ਕਿਉਂਕਿ ਹੁਣ ਦੇਖੋ ਲੜਾਈ ਤਾਂ ਇੱਕ ਸਾਈਡ ਤੇ ਚੱਲ ਰਹੀ ਆ ਹੁਣ ਆਪਾਂ ਉਹੀ ਵੇ ਉਹੀ ਰੂਟ ਜਾਣਾ ਇਧਰੋਂ ਹਾਲੈਂਡ ਵਾਲੇ ਵੀ ਅਗਲੇ ਮਾਮੇ ਬੈਠੇ ਤਗੜੇ ਹੋ ਗਏ ਅਗਲੇ ਪੁੱਛਗੇ ਚ ਫੋਲੇ ਆ ਉਹਨਾਂ ਦੀ ਕਿਤੇ 2 ਨੰਬਰ 'ਚ ਕੋ ਬੰਦਾ ਨਗਾ ਦੇ ਦਾ ਬੱਕਰੀ ਚੀਜ਼ ਆ ਪਰ ਉੱਥੇ ਟੈਨਸ਼ਨ ਦਾ ਹੈ ਨਾ ਖਤਰਾ ਆ ਵਾਰ ਤਾਂ ਵਾਰ ਆ ਤੇ ਜਿਹੜੇ ਇਟਲੀ ਦੇ ਵਿੱਚ ਆਉਂਦੇ ਆ ਮੇਰੇ ਵੀਰ ਭਾਈ ਪੁਰਤਗਾਲ ਦਾ ਸੁਭਨਾ ਤਾਂ ਹੁਣ ਖਤਮ ਆ ਜਦੋਂ ਖੁੱਲਣਗੇ ਪਤਾ ਨਹੀਂ ਕਦ ਖੁੱਲਣਗੇ ਖੁੱਲਣੇ ਹੈਗੇ ਆ ਇਹ ਚ ਕੋਈ ਸ਼ੱਕ ਨਹੀਂ ਖੁੱਲ ਜਾਣੇ ਆ ਪਰ ਟਾਈਮ ਲੱਗਣਾ ਜਦੋਂ ਖੁੱਲ ਜੂਗਾ ਉਦੋਂ ਮੁਬਾਰਕ ਸਾਰਿਆਂ ਨੂੰ ਪਰ ਫਿਲਹਾਲ ਹਾਲ ਦੀ ਘੜੀ ਜਿਹੜਾ ਮਾਹੌਲ ਆ ਇੱਥੇ ਨਹੀਂ ਕੋਈ ਚਾਂਸ ਹੈਗਾ ਹਾਂ ਕੋਈ ਜਾਂਗੇ ਚਾਹਾਂ ਸਟੱਡੀ ਵਾਰੇ ਦੱਸ ਚੁੱਕੇ ਆ ਸਪੇਨ ਇੱਕ ਆਪਸ਼ਨ ਬਚਦੀ ਹੈ ਸਪੇਨ ਚਲੇ ਜਾਓ ਜਿਹਦਾ ਪੁਰਤਗਾਲ ਚ ਉੱਥੇ ਇਟਾਲੀਆ ਚ ਗੁਜ਼ਾਰਾ ਹੀ ਨਹੀਂ ਹੈਗਾ ਨਾ ਜਿਹੜਾ ਕਹਿੰਦਾ ਜੀ ਉਹਨ ਤਾਂ ਮੈਂ ਫਸ ਗਿਆ ਮੈਂ ਤੇ ਫਸ ਗਿਆ ਤੁਸੀਂ ਪਹਿਲੀ ਤਾਂ ਗਲਤੀ ਇੰਡੀਆ ਤੋਂ ਕਰ ਲਈ ਐ ਤੁਸੀਂ ਜਿਹੜਾ 9 ਮਹੀਨੇ ਵਾਲਾ ਵੀਜ਼ਾ ਆ ਉਹਦੇ ਬਜਾਏ ਤੁਸੀਂ 1 ਸਾਲ ਵਾਲਾ ਲਓ ਸਾਲ ਦਾ ਮਤਲਬ ਪਰਮਾਨੈਂਟ ਚ ਹੋ ਜਾਂਦਾ ਹੈ ਸਾਲ ਵਾਲੇ ਵੀਜ਼ੇ ਤੇ ਆਪਾਂ ਨੂੰ ਫਾਇਦਾ ਹੀ ਫਾਇਦਾ ਆ ਨੁਕਸਾਨ ਕੁਝ ਨਹੀਂ ਹੈਗਾ ਤੇ ਜੇ ਤੁਸੀਂ 9 ਮਹੀਨੇ ਵਾਲੇ ਦੇ ਆ ਜੰਨੇ ਆ ਤੁਹਾਡਾ ਕੰਮ ਕਰ ਨਹੀਂ ਚੱਲਦਾ ਚਲੋ ਮੰਨ ਲਿਆ ਕਿ ਕੰਮ ਨਹੀਂ ਹੈਗਾ ਜਾਂ ਕੁਝ ਵੀ ਕੋਈ ਪ੍ਰੋਬਲਮ ਪੈ ਰਹੀ ਹੈ ਤੁਹਾਨੂੰ ਪਰ ਉੱਥੇ ਰੁਕੋ ਉੱਥੇ ਲੀਗਲ ਅਨਲੀਗਲ ਜਿੱਦਾਂ ਮਰਜ਼ੀ ਸਰਵਾਈਵ ਕਰੋ ਯਾਰ ਪੈਸੇ ਦਾ ਵਧੀਆ ਮਿਲਦੇ ਨਾ ਵੱਡੀ ਕੰਟਰੀ ਆ ਆ ਜਿਹੜੇ ਐਗਰੀਕਲਚਰ ਦੇ ਵਿੱਚ ਕੀੜੇ ਕੂੜੇ ਤੋੜਨ ਜੀ तकरीबन ਮੈਨੂੰ ਜਿੱਦਾਂ ਦੱਸਦੇ ਆ ਲੋ 8-9 ਯੂਰੋ ਮਿਲ ਜਾਂਦੇ ਘੰਟੇ ਕਿਤੇ ਨਾ ਉੱਥੇ ਕੰਮ ਕਰੋ ਸਰੀਏ ਦਾ ਕੰਮ ਕਰੋ ਬੜੀ ساری ਆਪਸ਼ਨ ਆ ਆ ਇਟਲੀ ਵੀ ਕੋ ਮਾੜੀ ਕੰਟਰੀ ਨਹੀਂ ਹੈਗੀ ਕਿ ਹਾਂ ਵੀ ਇਟਲੀ ਦੇ ਵਿੱਚ ਬਹੁਤ ਮਾੜਾ ਹਾਲ ਆ ਜੇਦਾ ਨਹੀਂ ਬਣਦਾ ਉਹ ਜਿਹੜੀ ਫਰਾਂਸ ਵਾਲੀ ਮੈਂ ਦੱਸੀ ਹੋਈ ਉਹਦੋਂ ਨਿਕਲ ਜਾਓ ਪੇਪਰਾਂ ਵਾਲਾ ਜਿਹੜਾ ਅੱਜ ਦੀ ਡੇਟ ਵਿੱਚ ਇੱਕੋ ਇੱਕ ਆਪਸ਼ਨ ਬਚਦੀ ਆ ਉਹ ਹੈਗੀ ਆ ਸਪੇਨ ਸਪੇਨ ਦੇ ਵਿੱਚ ਪਦਰੋਂ ਮੈਨ ਤੋਂ ਕਰਵਾ ਲਓ ਹਾਂਜੀ ਅਗਲਾ ਟੌਪਿਕ ਆਵਾਂਗੇ ਸਪੇਨ ਤੇ ਮੁੜ ਕੇ ਫਿਰ ਜਿਹੜੀ ਮੇਨ ਜਿਹੜੀ ਟੌਪਿਕ ਰਹਿੰਦਾ ਸੀ ਜਿਨ੍ਹਾਂ ਨੇ ਬਾਇਓਮੈਟ੍ਰਿਕ ਕਰਵਾਈ ਹੋਈ ਸੀ ਯੂਰਪ ਦੇ ਕਿਸੇ ਵੀ ਹਿੱਸੇ 'ਚ ਭਾਈ ਪੁਰਤਗਾਲ ਦੇ ਵਿੱਚ ਜਿਨ੍ਹਾਂ ਦੀ ਬਾਇਓਮੈਟ੍ਰਿਕ ਦਾ ਟਾਈਮ ਹੁਣ ਆ ਰਿਹਾ ਆ ਜਾਣਣੇ ਅਜ਼ੀਲਾ ਵਗੈਰਾ ਲਈਆਂ ਹੋਈਆਂ ਜੇ ਪੁਰਤਗਾਲ ਦੇ ਅੰਦਰ ਪ੍ਰੋਸੈਸ ਤੇਜ਼ ਹੋਇਆ ਨਾ ਆਈਮਾ ਦੇ ਵੱਲੋਂ ਚਾਹੇ ਉਹ ਪੀਸੀਸੀ ਲਾ ਲੋ ਚਾਹੇ ਤੁਸੀਂ ਆਈ ਐਸਆਈਐਸ ਦਾ ਫਾਰਮ ਡਾਕੂਮੈਂਟ ਲਗਾ ਲਓ ਚਾਹੇ ਕੋਈ ਵੀ ਡਿਪਾਰਟਮੈਂਟ ਲਗਾ ਲਓ ఎవਰੀਥਿੰਗ ਸਪੀਡ ਫੜੀ ਹੋਈ ਹੈ ਸਾਰਿਆਂ ਨੇ ਉਹਦੇ ਨਾਲ ਨਾਲ ਫੰਦਾ ਵੀ ਗੱਲ 'ਚ ਪੈ ਗਿਆ ਇੱਕ ਠੀਕ ਹੈ ਜੀ ਹੁਣ ਬਾਇਓਮੈਟ੍ਰਿਕ ਜਿਹੜੀ ਜਿਹਦੀ ਵੀ ਜਿੱਥੇ ਹੀ ਇੱਥੇ ਵੀ ਸੀਗੀ ਪਾਈ ਇੱਕ ਵਾਰੀ ਤੁਹਾਡੇ ਕੋਲ ਟਾਈਮ ਹੈਗਾ ਚੈੱਕ ਕਰ ਲਓ ਫਾਇਦੇ 'ਚ ਰਹਿ ਜਾਓਗੇ ਮੇਰੀ ਗੱਲ ਨੂੰ ਯਾਦ ਰੱਖਿਓ ਇਟਲੀ ਵਾਲਿਆਂ ਦੇ ਨਿਕਲਣੇ ਸ਼ੁਰੂ ਹੋ ਗਏ ਆ ਸਲਵਿਨੀਆ ਦੇ ਤਾਂ ਮੈਂ ਤੁਹਾਨੂੰ ਦੱਸ ਚੁੱਕਿਆ ਮੇਰਾ ਆਪਣਾ ਖਾਸ ਬੰਦਾ ਸਲਵਿਨੀਆ ਦੇ ਵਿੱਚ ਸੀਗਾ ਸਟੂਡੈਂਟ ਵੀ ਜਿਹਦੇ ਆਇਆ ਹੋਇਆ ਸੀ ਉਹਦੇ ਵੀ ਨਿਕਲ ਆਇਆ ਉਹਦੇ ਵੀ ਫਿੰਗਰ ਨਿਕਲ ਆਇਆ ਜਰਮਨ ਦੇ ਕਿਸੇ ਵੀ ਹਿੱਸੇ ਤੁਹਾਡੇ ਹੈਗੇ ਆ ਜਰਮਨ ਵਾਲੇ ਫ੍ਰਾਂਸ ਵਾਲੇ ਤਾਂ ਭੁੱਲ ਹੀ ਜਾਓਗੇ ਨਾ ਨਿਕਲਣਗੇ ਨਿਕਲਣਗੇ ਹੀ ਨਿਕਲਣਗੇ ਜਰਮਨ ਵਾਲਿਆਂ ਦਾ ਅਜ਼ੀਲਾ ਦਾ ਜਿਹੜਾ ਲਫੜਾ ਹੈ ਨਾ ਜਰਮਨ ਨੇ ਤਾਂ ਗੱਲੇ ਚ ਕੂਠਾ ਦਿੱਤਾ ਹੈ ਜਰਮਨ ਦੇ ਕਰਕੇ ਤਾਂ ਸਾਰਾ ਸਿਆਪਾ ਗਲ ਪਿਆ ਗਿਆ ਜਰਮਨ ਦੇ ਕਰਕੇ ਹੀ ਤਾਂ ਇਹ ਮਤਲਬ ਪੇਪਰ ਵੀ ਖੈਰ ਉਹਦੀ ਵਜ੍ਹਾ ਨਾਲ ਹੀ ਤੇਜ਼ ਹੋਇਆ ਮਿਲਨੇ ਜੇ ਫਾਇਦਾ ਹੈ ਤਾਂ ਨੁਕਸਾਨ ਵੀ ਉਹਦਾ ਹੈਗਾ ਜਰਮਨ ਦੇ ਵਿੱਚ ਜਾਣ ਵਾਲੇ ਵੀ ਥੋੜੇ ਜਿ ਥੋੜੇ ਖਬਰਦਾਰ ਰਹੋ ਕਿਉਂਕਿ ਜਰਮਨ ਪੂਰਾ ਟਾਈਟ ਹੈ ਇਸ ਟਾਈਮ ਉਹਨੇ ਕੰਟਰੋਲ ਕੀਤਾ ਹੋਇਆ ਸਾਰੇ ਪਾਸੇ ਈਵਨ ਯੂਰਪ ਦੀਆਂ ਹੋਰ ਵੀ ਕੰਟਰੀਆਂ ਜਿਉਂਨੇ ਟਾਈਟ ਕਰ ਦਿੱਤਾ ਕੰਮ 스ਵੀਡਨ ਬੰਦੇ ਕੱਢਣ ਬਾਰੇ ਸੋਚਣ ਲਈ ਹੈ 스ਵੀਡਨ ਤੱਕ ਹਰਵਾਨਾ ਦੇ ਉਹਨਾਂ ਦਾ ਹੋ ਰਿਹਾ ਕੰਮ ਕਿ ਹਾਂ ਵੀ ਭੇਜੂ ਇਹਨਾਂ ਨੂੰ ਕੱਢੋ ਕਿਸ ਤਰੀਕੇ ਨਾਲ ਇਮੀਗ੍ਰੈਂਟ ਦੇ ਖਿਲਾਫ ਖਰਾਬ ਮਾਹੌਲ ਬਣ ਰਿਹਾ ਸਾਰਾ ਨਿਚੋੜ ਇਹ ਹੈ ਕਿ ਇਮੀਗ੍ਰੈਂਟ ਦੇ ਖਿਲਾਫ ਜਾ ਰਿਹਾ ਪੂਰਾ ਯੂਰਪ ਥੋੜਾ ਜਿਹਾ ਆਪਣੇ ਆਪ ਨੂੰ ਵੀ ਠੀਕ ਰੱਖੋ ਆਪਣੇ ਲੋਕਾਂ ਦੀ ਹਰਕਤਾਂ ਵੀ ਕੁਝ ਇਸ ਤਰ੍ਹਾਂ ਦੀਆਂ ਆਈਆਂ ਜੋ ਦੋ ਨੰਬਰੀ ਜੋ ਪੁੱਠੇ ਸਿੱਧੇ ਕੰਮ ਸਾਰੇ ਨੇ ਵੀ ਏਸ਼ੀਆ ਹੀ ਮਸ਼ਹੂਰ ਹੋ ਗਿਆ ਸਭ ਤੋਂ ਜ਼ਿਆਦਾ ਏਸ਼ੀਆ ਨਾ ਅਸੀਂ ਦੂਜੇ ਬਾਰੇ ਗੱਲ ਤਾਂ ਨਹੀਂ ਕਰ ਸਕਦੇ ਕਿਉਂਕਿ ਨਾ ਆਪਾਂ ਆਫਰੀਕਾ ਨੂੰ ਚੰਗੀ ਤਰ੍ਹਾਂ ਜਾਣਦੇ ਆ ਨਾ ਉਹਦੀ ਭਾਸ਼ਾ ਜਾਣਦੇ ਆ ਕਿਉਂਕਿ ਇਹ ਹੋ ਸਕਦਾ ਸਾਡੇ ਤੋਂ ਵੀ ਜ਼ਿਆਦਾ ਕੰਜਰ ਹੋਣ ਠੀਕ ਹੈ ਸਾਡੇ ਤੋਂ ਵੀ ਜ਼ਿਆਦਾ ਭੜੇ ਨਿਕਲਣ ਪਰ ਅਸੀਂ ਉਹਨਾਂ ਬਾਰੇ ਬਹੁਤੀ ਨੌਲੇਜ ਨਹੀਂ ਰੱਖਦੇ ਸਾਨੂੰ ਨਹੀਂ ਪਤਾ ਕਾਲੇ ਵੀ ਹੈਗੇ ਆ ਪੀਲੇ ਵੀ ਹੈਗੇ ਆ ਉਹ ਕੀ ਕਰਦੇ ਆ ਸਾਡੇ ਤੱਕ ਉਹਨਾਂ ਦੀ ਇਨਫੋਰਮੇਸ਼ਨ ਨਹੀਂ ਹੈਗੀ ਪਰ ਜਿੰਨਾ ਕ ਅਸੀਂ ਆਪਣੇ ਬਾਰੇ ਵਿੱਚ ਜਾਣਦੇ ਸਾਡੇ ਲੋਕਾਂ ਦੇ ਬਾਰੇ ਵਿੱਚ ਜਾਣੇ ਜਿਵੇਂ ਕਿ ਮੰਨ ਲਓ ਆ ਪਿੱਛੇ ਜੇ ਪੁਰਤਗਾਲ ਦੇ ਵਿੱਚ ਸੀਗਾ ਚੋਲਾ ਸ਼ਾਪ ਏਜੰਟਾਂ ਨੇ ਨਿਹਰ ਪਾਤਾ ਸੀ ਹੁਣ ਉਹੀ ਕੋਸ਼ਿਸ਼ ਸਪੇਨ ਚ ਚੱਲਣ ਡਿਆ ਆ ਸਪੇਨ ਤੋਂ ਮੁੰਡੇ ਫੋਨ ਕਰਕੇ ਦੱਸਦੇ ਆ ਕਿ ਘਰ ਰਹਿਣ ਨੂੰ ਜਗ੍ਹਾ ਨਹੀਂ ਮਿਲ ਰਹੀ ਅਸਲ ਦੇ ਵਿੱਚ ਸਪੇਨ ਦੇ ਵਿੱਚ ਕੰਮ ਦੀ ਸ਼ਾਰਟੇਜ ਤਾਂ ਖੈਰ ਸ਼ੁਰੂ ਤੋਂ ਹੀ ਸੀਗੀ ਉੱਥੇ ਕੰਮ ਤਾਂ ਘਾਟ ਹੀ ਮਿਲਦਾ ਸੀ ਨਾ ਇਹ ਸ਼ੱਕ ਨੋ ਡਾਊਟ ਕਿ ਉੱਥੇ ਵੱਡੀ ਕੰਟਰੀ ਆ ਸਟਰੋਂਗ ਕੰਟਰੀ ਆ ਪੁਰਤਗਾਲ ਦੇ ਮੁਕਾਬਲੇ ਦੇ ਵਿੱਚ ਉਹ ਬਹੁਤ ਸਟਰੋਂਗ ਸੀਗੀ ਸ਼ੁਰੂ ਤੋਂ ਹੀ ਉਹਦਾ ਪਾਸਪੋਰਟ ਵੀ ਵੈਲਿਊ ਰੱਖਦਾ ਸੀ ਉਹਦੇ ਡਾਕੂਮੈਂਟ ਵੀ ਵੈਲਿਊ ਰੱਖਦੇ ਸੀ ਪਰ ਪਰ ਉਹ ਜੋਬ ਦਾ ਜਿਹੜਾ ਲੈਵਲ ਸੀ ਉਹ ਕਾਫੀ ਥੱਲੇ ਸੀਗਾ ਜੋਬ ਉੱਥੇ ਘੱਟ ਮਿਲਦੀਆਂ ਸੀ ਮੈਂ ਕਿਸੇ ਦੇ ਵੱਲ ਦੀ ਗੱਲ ਨਹੀਂ ਕਰੂੰਗਾ ਜਿੱਦਾਂ ਹੁਣੇ ਤੇ ਪੁਰਤਗਾਲ ਦੇ ਵਿੱਚ ਇੱਕ ਸਟੈਂਡਰਡ ਸੀਗਾ ਕਿ 700 ਯੂਰੋ 50 750 ਯੂਰੋ ਜਾਂ 800 ਯੂਰੋ ਗਵਰਨਮੈਂਟ ਵੱਲੋਂ ਮਿਲਦੇ ਸੀ ਇੱਕ ਇੱਕ ਨਾਰਮਲ ਕੰਟਰੀ ਹੋਣ ਦੇ ਬਾਵਜੂਦ ਜਿਵੇਂ ਕਿ ਸਪੇਨ ਬਹੁਤ ਵੱਡੀ ਉਹਦਾ ਸਟਰਕਚਰ ਵੀ ਬੜਾ ਵੱਡਾ ਸੀਗਾ ਉਹਦੇ ਬਾਵਜੂਦ ਵੀ ਅੱਜ ਵੀ ਬੰਦੇ ਉੱਥੇ 5-700 ਦੇ ਕੰਮ ਕਰਦੇ ਆ ਮੇਰਾ ਯਾਰ ਦੋਸਤ ਸਟੋਰ ਰੈਸਟੋਰੈਂਟ ਚ 700 ਯੂਰੋ ਲੈਂਦਾ ਉਹ ਵੀ ਪੂਰਾ ਮਰ ਤੜ ਕੇ ਤੇ ਇਥੇ ਪੁਰਤਗਾਲ ਦੇ ਅੰਦਰ 820 ਯੂਰੋ ਦਾ ਨਾਰਮਲ ਕੰਟਰੈਕਟ ਲੱਗ ਜਾਂਦਾ ਹੈ ਠੀਕ ਹੈ ਜੀ ਚਲੋ ਮੈਂ ਨਹੀਂ ਕਹਿੰਦਾ ਕਿ ਹੁਣ ਹੁਣ ਆਪਸ਼ਨ ਤਲਾਸ਼ਣ ਦਾ ਟਾਈਮ ਨਹੀਂ ਘਾ ਰਹਿ ਗਿਆ ਕਿ ਅਸੀਂ ਇਟਲੀ ਆਪਣੇ ਪੁਰਤਗਾਲ ਆਈਏ ਜਾਂ ਸਪੇਨ ਜਾਈਏ ਜਿਨ੍ਹਾਂ ਦੇ ਫਾਈਲ ਲੋਕ ਆ ਉਹ ਤਾਂ ਤੁਸੀਂ ਪੁਰਤਗਾਲ ਹੀ ਬੈਟਰ ਕਿਉਂਕਿ ਇਨਕਮ ਅੱਜ ਦੀ ਡੇਟ 'ਚ ਸਪੇਨ ਤੋਂ ਕਰਾਸ ਕਰਨ ਢਈ ਹੈ ਫੈਸਿਲਿਟੀ ਵੀ ਵਧੀਆ ਹੈ ਅਗਰ ਤੁਹਾਡੇ ਕੋਲ ਡਾਕੂਮੈਂਟ ਹੈ ਕਿੱਦਾਂ ਹਰ ਚੀਜ਼ ਇੱਥੇ ਤੁਹਾਨੂੰ ਈਜ਼ੀਲੀ ਮਿਲੇਗੀ ਤੁਹਾਨੂੰ ਪੁਰਤਗਾਲ ਦੇ ਅੰਦਰ ਔਰ ਸਟਰਕਚਰ ਵੀ ਬੜਾ ਜ਼ਬਰਦਸਤ ਹੈ ਯੂਰੋਪੀਅਨ ਜਿਹਦਾ ਯੂਰਪ ਦੇ ਵੱਡੀਆਂ ਕੰਟਰੀਆਂ ਦੇ ਨਾਲ ਮੁਕਾਬਲਾ ਪੂਰਾ ਪੂਰਾ ਨਾਰਥ ਪੁਰਤਗਾਲ ਦੇ ਵਿੱਚ ਤੇ ਤੁਹਾਨੂੰ ਬਿਲ ਗੂਲ ਅ ਇੰਗਲੈਂਡ ਦੀ ਫੀਲਿੰਗ ਆਉਂਦੀ ਹੈ ਜਿਹਦਾ ਪੋਰਟੋ ਵੱਡੇ ਸ਼ਹਿਰਾਂ ਦੇ ਵਿੱਚ ਜਾਂ ਜਿਹੜੇ ਏਰੀਆ ਚ ਆਪਾਂ ਰਹਿ ਰਹੇ ਆ ਨਾਰਥ ਰੀਨ ਸਟੇਟਾਂ ਦੇ ਵਿੱਚ ਬਹੁਤ ਅੱਛਾ ਮਾਹੌਲ ਆ ਇੱਥੇ ਪਰ ਠੀਕ ਹੈ ਸਾਊਥ ਲਿਸਬਨ ਦੇ ਵਿੱਚ ਜਾਂ ਥੱਲੇ ਥਲਣੀ ਪਾਸੇ ਨੂੰ ਚੱਲ ਜੀਏ ਸਾਊਥ ਵਾਲੀ ਸਾਈਡ ਤੇ ਥੋੜਾ ਜਿਹਾ ਰੰਗਲਾ ਮਾਹੌਲ ਆਪਣਾ ਦੇਸੀਆਂ ਦਾ ਜ਼ਿਆਦਾ ਮਿਲ ਜਾਂਦਾ ਮੇਰੇ ਕਹਿੰਦਾ ਮਤਲਬ ਇਹੀ ਆ ਕਿ ਆਪਣੇ ਲੋਕ ਥੋੜੇ ਜਿਹਾ ਬੇਵੇਰ ਰਹਿਣ ਕੋਈ ਪੁੱਠੇ ਸਿੱਦੇ ਕੰਮ ਕਰਕੇ ਆਪਣੀ ਰੈਪਿਊਟੇਸ਼ਨ ਡਾਊਨ ਨਾ ਕਰਨ ਕੋਈ ਚੋਰੀ ਜਗਾਰੀ ਕੋਈ ਇਹਨੂੰ ਚੋਰੀ ਗਾਊਗਾ ਜੇ ਤੁਸੀਂ ਕਿਸੇ ਕੋਲ 5-700 ਯੂਰੋ ਲੈ ਲਿਆ ਝੂਠੀ ਹਫਾਫਲਾਤੀ ਮੈਂ ਕਰਾਉਣਾ ਤੇਰੇ ਪੇਪਰ ਲੋਗ ਮੈਂ ਕਹਿੰਦਾ ਕਿਹੜਾ ਮਾਈ ਦਾ ਲਾਲ ਅੱਜ ਦੀ ਡੇਟ 'ਚ ਕਰਾ ਜੇ ਪੇਪਰ ਲੋਗ ਜਦੋਂ ਗਵਰਨਮੈਂਟ ਨੇ ਮਨਾ ਕਰ ਦਿੱਤਾ ਨਾ ਮੇਰੇ ਵੀਰੋ ਜਿਹੜੇ ਬੰਦੇ ਕਿਸੇਰੇ ਝਾਂਸੇ 'ਚ ਆਏ ਆ ਕਿ ਮੈਂ ਕਰਾ ਦਊ ਹਫ਼ਤੇ ਤੱਕ 15 ਦਿਨਾਂ ਤੱਕ ਦਿਓ ਇਹਨੇ ਅੱਦੇ ਨਿਦਾਨੇ ਬਾਜੋ ਮੇਰੀ ਸੈਟਿੰਗ ਹੈ ਜੀ ਅੰਦਰ ਕਿਸੇ ਤੇ ਪਿਓ ਦੀ ਸੈਟਿੰਗ ਨਹੀਂ ਗੀ ਕਿਸੇ ਨੂੰ ਇੱਕ ਲਾਲ ਪੈਸਾ ਦੇਣ ਦੀ ਜੂਰਤ ਨਹੀਂ ਸਿਰਫ ਇੱਕ ਸਪੀਨ ਆ ਇਹ ਤੇ ਪਦਰੋਮੈਂਤੋ ਚੱਲਦੀ ਆ ਪਦਰੋਮੈਂਤੋ ਦੇ ਨਾਮ ਦੇ ਉੱਤੇ ਵੀ ਠੱਗੀ ਠੋਰੀ ਬਹੁਤ ਚੱਲਣ ਲੱਗ ਗਈ ਆ ਉੱਥੇ ਵੀ ਬੰਦੇ ਬਹੁਤ ਝੋਲਾ ਛਾਬ ਵੀ ਪਹੁੰਚ ਗਏ ਜੋਨਾ ਸਟਰਕਚਰ ਇੱਥੇ ਦਾ ਸੀ ਨਾ ਪੁੱਠਾ ਸਦਾ ਸਾਬ ਉੱਥੇ ਪਹੁੰਚਿਆ ਮੈਂ ਹਰ ਵੀਡੀਓ ਜੇ ਇਹ ਜ਼ਰੂਰ ਰਿਕਾਰਡ ਕਰਦਾ ਹੁੰਦਾ ਕਾਫੀ ਦਿਨਾਂ ਤੋਂ ਬਾਅਦ ਵੀਡੀਓ ਆਈ ਸੀਗੀ ਮੇਰਾ ਬਲੌਗ ਬਣਾਉਂਦਾ ਇਹੀ ਮੋਟਿਵ ਸੀਗਾ ਤੇ ਦੂਜੀ ਗੱਲ ਜਿਹੜੇ ਮੁੰਡੇ ਵਾਕਈ ਵੀ ਜਿਨ੍ਹਾਂ ਕੋ ਪੈਸੇ ਤੇ ਦੇ ਘਾਟਿਆ ਜੋ ਕੁਝ ਕਰਨਾ ਜਾ ਰੇ ਜ਼ਿੰਦਗੀ ਆਪਣੀ ਆਦਤਾਂ ਕਿ ਆਪਾਂ ਕਿਸੇ ਦੀਆਂ ਕੀ ਕਹਿੰਦੇ ਹੁੰਦੇ ਆ ਲੱਤਾਂ ਨਹੀਂ ਖਿੱਚੀ ਦੀਆਂ ਕਿ ਹਾਂ ਵੀ ਨਹੀਂ ਯਾਰ ਅਸੀਂ ਵੀ ਜਦੋਂ ਸਾਨੂੰ ਬਾਹਰੋਂ ਐਡਵਾਈਸ ਕਰੀ ਕਰਦਾ ਹੁੰਦਾ ਸੀ ਨਾ ਕਿ ਨਹੀਂ ਯਾਰ ਡੋਂਗੀ ਬੜੀ ਮਾੜੀ ਆ ਡੋਂਗੀ ਇਦਾਂ ਐ ਓਦਾਂ ਐ ਜਾਂ ਕਿਦਾਂ ਵੀ ਇੰਡੀਆ 'ਚ ਬੈਠ ਕੇ ਜਾਂ ਪਾਕਿਸਤਾਨ ਜਾਂ ਬੰਗਲਾਦੇਸ਼ ਨੇਪਾਲ ਸ਼ਿ ਲਗਾ ਕਿਤੇ ਵੀ ਆਪਾਂ ਬੈਠੇ ਆ ਉਹਦੇ ਵਿੱਚ ਮੂੰਹ 'ਚ ਇੱਕੋ ਇੱਕ ਗਾਲ ਨਿਕਲਦੀ ਏ ਸਹਲਾ ਆਪ ਤਾਂ ਬਾਹਰ ਬੈਠਾ ਸਾਨੂੰ ਡਵਾਈਸ ਕਰੀ ਜਾਂਦਾ ਨਾ ਆਇਓ ਨਾ ਆਇਓ ਤੇ ਆਪ ਕੀ ਉੱਥੇ ਫੜਦਾ ਅਸਲ ਦੇ ਵਿੱਚ ਸਾਡੇ ਬਲੱਡ ਸਰਕਲ ਹੀ ਇਦਾਂ ਦਾ ਸਾਰਿਆਂ ਦਾ ਅਸੀਂ ਆਉਣਾ ਆ ਤੇ ਆਉਣਾ ਆ ਠੀਕ ਆ ਮੇਰੀ ਨਹੀਂ ਸੁਣੂਗੇ ਤੇ ਕਿਸੇ ਹੋਰ ਦੀ ਸੁਣੂਗੇ ਸੁਣੂਗੇ ਜਰੂਰ ਹੁਣਾ ਤਾਂ ਉਹ ਵੀ ਮੇਰੇ ਹੀ ਭਰਾ ਕੋਈ ਜਿਹਦੀ ਤੁਸੀਂ ਸੁਣਨੀ ਆ ਇਹਨਾਂ ਚੰਗਾ ਮੈਂ ਹੀ ਤੁਹਾਨੂੰ ਸਹੀ ਤਰੀਕੇ ਨਾਲ ਦੱਸ ਦਵਾ ਕਿ ਭਾਈ ਹਲਵਾਨੀਆਂ ਅੱਜ ਦੀ ਰੇਟ 'ਚ ਵੀ ਹੈਗਾ ਵੀ ਤਾਂ ਗਰੀਸ ਦਾ ਤਕਰੀਬਨ 7 ਤੋਂ 8 ਲੱਖ ਰੁਪਏ 'ਚ 9 ਲੱਖ ਰੁਪਏ 10 ਦੇ ਵਿੱਚ ਵਿੱਚ ਗਰੀਜ਼ ਦਾ ਬਣ ਜਾਂਦਾ ਹੈ ਮਾਲਟਾ 9 10 ਦੇ ਵਿੱਚ ਵਿੱਚ ਬਣ ਜਾਂਦਾ ਹੈ ਇਨ੍ਹਾਂ ਕੰਟਰੀਆਂ 'ਚ ਆ ਜਾਓ ਜੇ ਸਿੱਦੇ ਉਹਨਾਂ ਦੀ ਬਿਲਕੁਲ ਥੱਲੇ ਆ 5-6 ਲੱਖ ਆ ਤੇ ਬੋਸਨੀਆ ਵਗੈਰਾ 'ਚ ਆ ਜਾਓ ਅੱਜ ਨਹੀਂ ਕੱਲ ਨਹੀਂ ਮਹੀਨੇ ਨੂੰ ਛੇਾਂ ਨੂੰ ਗਾਂ ਨਿਕਲਣ ਦੇ ਚਾਂਸ ਬਣ ਜਾਂਦੇ ਆ ਇਨਕਮ ਕਰੋ ਆਪਣਾ ਗਾਂ ਦਾ ਗਾਂ ਬੰਦਾ ਮੂਹ ਕਰ ਜਾਂਦਾ ਇਟਲੀ ਹੈਗਾ 10 ਲੱਖ ਦੇ ਵਿੱਚ ਵਿੱਚ ਅਗਰ ਕੋਈ ਸਹੀ ਬੰਦਾ ਤੁਹਾਨੂੰ ਟੱਕਰ ਜਾਏ ਤਾਂ 10 ਲੱਖ ਦੀ ਗੇਮ ਹੈਗੀ ਆ ਤੁਸੀਂ ਰਮਾਨਾ ਉਥੇ ਪੇਪਰ ਲੌਕ ਕਰਵਾਓ ਵਧੀਆ ਤਰੀਕੇ ਨਾਲ ਆ ਸਕਦੇ ਆ ਕਿਉਂਕਿ ਆਪਣੇ ਉਥੇ ਦਾ ਸਟੱਕਰ ਇਦਾਂ ਦਾ ਹੋ ਗਿਆ ਇੰਡੀਆ ਦੇ ਵਿੱਚ ਜਾਂ ਆਪਣੇ ਏਸ਼ੀਅਨ ਕੰਟਰੀਆਂ ਦੇ ਵਿੱਚ ਕਿ ਹਾਲਾਤ ਬਹੁਤ ਮਾੜੇ ਆ ਨਸ਼ਿਆਂ ਦੇ ਲੱਗ ਰਹੇ ਆ ਜਾਂ ਕੁਝ ਵੀ ਲੱਗ ਰਹੇ ਆ ਨਾ ਆਪਾਂ ਨਹੀਂ ਜੋਨੇਗਾ ਹਾਂ ਵੀ ਨਹੀਂ ਨਹੀਂ ਭਾਜੀ ਡੌਂਕੀ ਬੜੀ ਮਾੜੀ ਉਥੇ ਰਹਿਣਾ ਚਾਹੇ ਇੱਥੇ ਕੁਝ ਵੀ ਕਰੋ ਇੱਥੇ ਰਹਿਣਾ ਨਾ ਮੇਰਾ ਕਹਿਣ ਦਾ ਮਤਲਬ ਇਹ ਕਿ ਵਧੋ ਭਾਈ ਕਿਸੇ ਵੀ ਹਾਲ 'ਚ ਵਧੋ ਅਸੀਂ ਵੀ ਖਾਦੀਆਂ ਟੋਕਰਾਂ ਲੱਤਾਂ ਲੁੱਤਾਂ ਲੜਾਈਆਂ ਪਹੁੰਚੇ ਆ ਕਿਸੇ ਨਾ ਕਿਸੇ ਤਰੀਕੇ ਨਾਲ 2 ਸਾਲ ਲੱਗੇ 3 ਸਾਲ ਲੱਗੇ ਫੈਮਲੀਆ ਤੋਂ ਦੂਰ ਬੈਠੇ ਆ ਕਿਤੇ ਨਾ ਕਿਤੇ ਆਸ ਹੈਗੀ ਆ ਨਾ ਹੁਣ ਜਿਹੜੇ ਪਿੱਛੇ ਆ ਰਹੇ ਜੀ ਉਹ ਪੁਰਤਗਾਲ ਹੈ ਨਹੀਂ ਉਹ ਖਤਮ ਹੋ ਗਿਆ ਪੁਰਤਗਾਲ ਤੇ ਹੁਣ ਕੀ ਕਰਾਂਗੇ ਉਹ ਯਾਰ ਪੁਰਤਗਾਲ ਤੋਂ ਪਹਿਲੇ ਵੀ ਦੁਨੀਆ ਸੀ ਜਿਹਦੇ ਨਸੀਬ 'ਚ ਸੀਗਾ ਜਿੰਨੇ ਸਾਲ ਖੁੱਲੇ ਆ ਰਿਆ ਲੋਕਾਂ ਨੇ ਬਥੇਰੇ ਨਜ਼ਾਰੇ ਲੈ ਗੱਫੇ ਲੁੱਟੇ ਆ ਹੁਣ ਸਪੇਨ ਹੈਗਾ ਸਪੇਨ ਚ ਲਈ ਚਲੋ ਜਦ ਨੂੰ ਕੋਈ ਨਾ ਫੇਰ ਕੋਈ ਨਾ ਕੋਈ ਖੋਲ ਜੂਗਾ ਪ੍ਰੋਗਰਾਮ ਮੇਰਾ ਤਾਂ ਖਿਆਲ ਇੱਥੇ ਤੱਕ ਆ ਕਿ ਇੰਨੇ ਕਰ ਦੇਣਾ ਇੰਨੇ ਫੇਧਵਾ ਕਾ ਕਰ ਦੇਣਾ ਪੇ ਪੰਜ ਸੌ ਸਾਲ ਨਿਆਰੇ ਨਿਆਰੇ ਆ ਤਗੜੇ ਰਹੋ ਲੇਬਰ ਸ਼ੋਰਟੇਜ ਪੂਰੇ ਪੁਰਤਗਾਲ ਚ ਵੀ ਚੱਲਦੀ ਪਈ ਐ ਤੇ ਪੂਰੇ ਯੂਰਪ ਚ ਵੀ ਚੱਲਦੀ ਰਹੀ ਐ ਤੇ ਇਹੀ ਆਉਣੇ ਆ ਸਾਡੀ ਜਿਹੜੀ ਕਮਿਊਨਿਟੀ ਆ ਪੰਜਾਬ ਤੋਂ ਪੰਜਾਬੀਆਂ ਦੀ ਕਮਿਊਨਿਟੀ ਇਹਨਾਂ ਦੇ ਡ੍ਰੀਮ ਨੇ ਆਸਟ੍ਰੇਲੀਆ ਨਿਊਜ਼ੀਲੈਂਡ ਅਮਰੀਕਾ ਵੱਡੀਆਂ ਵੱਡੀਆਂ ਕੰਟਰੀਆਂ ਕੈਨੇਡਾ ਪਾਸਪੋਰਟ ਲੈ ਲੈ ਕੇ ਅੱਧੀ ਜਨਤਾ ਉਧਰੋਂ ਨਿਕਲ ਜਾਂਦੀ ਐ ਇੱਥੇ ਕਿਹਨੇ ਰਹਿ ਗਿਆ ਇੱਥੇ ਫੇਰ ਮਗਰੋਂ ਭਰਤੀ ਕਰਨੀ ਪੈਣੀ ਐ ਇਹ ਰਿਟਾਇਰਮੈਂਟ ਸਿਸਟਮ ਚੱਲਦਾ ਹੀ ਆ ਰਿਹਾ ਔਰ ਚੱਲਦਾ ਹੀ ਰਹਿਣਾ ਐ ਖਬਰਾਓ ਨਾ ਪੋਜੀਟਿਵ ਰਹੋ ਔਰ ਇਸ ਕਾਫੇ ਨੂੰ ਬਤਾਈ ਰੱਖਣਾ ਇਹ ਨਹੀਂ ਕਿ ਹਾਂ ਵੀ ਕਿਸੇ ਨੇ ਕੁਝ ਕਹਾ ਤਾਂ ਕਿਸੇ ਨੇ ਕੁਝ ਕਹਾ ਆਪਣਾ ਪੋਜੀਟਿਵ ਆਪਾਂ ਯਾਰੇ ਨਾਲ ਫਨ ਨਾਲ ਰਹੀਦਾ ਜਿੰਦਗੀ ਦੇ ਵਿੱਚ ਤੇ ਫਨ ਦੇ ਨਾਲ ਹੀ ਤੁਹਾਨੂੰ ਗੱਲਾਂ ਬਾਤਾਂ ਜਿਹੜੀਆਂ ਵੀ ਹੁੰਦੀਆਂ ਆ ਨਾਲ ਨਾਲ ਐਂਟਰਟੇਨਮੈਂਟ ਨਾਲੇ ਇਨਫੋਰਮੇਸ਼ਨ ਦੇ ਨਾਲ ਨਾਲ ਆਪਾਂ ਸਾਰਾ ਤੁਹਾਡੇ ਨਾਲ ਸ਼ੇਅਰ ਕਰੀਦਾ ਹੈ ਤੇ ਮਿਲਦੇ ਆ ਨੈਕਸਟ ਬਲੌਗ ਦੇ ਵਿੱਚ ਜਰੂਰ ਚੱਲਦੀ ਗੱਲਾਂ ਚਰੋ ਆਪਣੀ ਫੈਮਿਲੀ ਨੂੰ ਸਪੋਰਟ ਕਰੋ